ਸਾਡੀ ਦੁਆ ਹੈ ਅੱਲਾ ਸਾਨੂੰ ਮੌਕਾ ਦੇਵੇ ਆ ਦੁਆ ਹੱਥ ਦੋਵੇ ਚਾਹ ਕੇ ਦੁਆ ਮੰਗੋ ਸੁਲਤਾਨ ਸਲਾਹਉਦੀਨ ਯੂਪੀ ਜਿਹੜੀ ਮੰਨਤ ਮੰਗੀ ਸੀ ਨਾ ਯਾ ਅੱਲਾ ਸਾਨੂੰ ਇੱਕ ਵਾਰੀ ਮੌਕਾ ਦੇ ਯਾ ਅੱਲਾ ਸਾਨੂੰ ਇੱਕ ਵਾਰੀ ਮੌਕਾ ਦੇ ਯਾ ਅੱਲਾ ਸਾਨੂੰ ਇੱਕ ਵਾਰੀ ਮੌਕਾ ਦੇ ਤੇ ਇਨਸ਼ਾਅੱਲਾ ਅਸੀਂ ਸਰੇਆਮ ਯਾ ਅੱਲਾ ਮੋੜ ਸਾਨੂੰ ਤੌਫੀਕ ਵੀ ਦੇਵੀ ਅਸੀਂ ਸਰੇਆਮ ਤੇਰੇ ਮਹਬੂਬ ਤੇ ਗੁਸਤਾਖ ਵੱਢੀਏ ਤੇ ਇਨਸ਼ਾਅੱਲਾ ਵੱਢਣੇ ਨੇ ਅੱਜ ਜਿਹੜੇ ਅੱਲਾ ਤੋਂ ਤੇ ਰਸੂਲ ਦੇ ਗੁਸਤਾਖ ਨੇ ਅਸੀਂ ਵੱਢਣੇ ਨੇ ਤੇ ਇਹ ਹੀ ਮੁਸਲਮਾਨਾਂ ਦਾ ਇਮਾਨ ਹੈ ਮੁਣ ਮੁਣ ਇਹਨਾਂ ਕੋਲ ਪੁੱਛਾਂ ਦੇ ਬਸ ਦੱਸੋ ਡਾਡਾ ਤਰੀਕਾ ਹੈ ਕਿ ਨਹੀਂ ਆਦੇ ਨੇ ਆਜ਼ਾਦੀ ਇਜ਼ਾਰੇ ਰਾਏ ਕੀ ਹੈ ਆਜ਼ਾਦੀ ਇਜ਼ਾਰੇ ਰਾਏ ਈਦ ਦਾ ਦਿਨ ਹੋਵੇ ਮੁਸਲਮਾਨ ਈਦ ਦੀ ਨਮਾਜ਼ ਪੜ੍ਹਨ ਆਉਣ ਤੇ ਸੂਰ ਦੇ ਬੱਚੇ ਜਿਨ੍ਹਾਂ ਦੀ ਨਾ ਮਾਂ ਦਾ ਪਤਾ ਨਾ ਪਿਓ ਦਾ ਪਤਾ ਜਿਨ੍ਹਾਂ ਦੀ ਮਾਂ ਇਹ ਨਹੀਂ ਦੱਸ ਸਕਦੀ ਵਾ ਤੂੰ ਪੁੱਤਰ ਕਿਹਦਾ ਈਦ ਵਾਲੇ ਦਿਹਾੜੇ ਈਦ ਦੇ ਟਾਈਮ ਮਸਜਿਦ ਦੇ ਬਾਹਰ ਉਹ ਕੁਰਾਨ ਸਾੜਨ ਸਾੜ ਕੇ ਫਿਰ ਐਡੇ ਬੇਬਾਕ ਨੇ ਕੁਰਾਨ ਸਾੜ ਕੇ ਫਿਰ ਐਡੀ ਬੇਬਾਕੀ ਆਖਦੇ ਨੇ ਇਹ ਅਸੀਂ ਆਜ਼ਾਦੀ ਇਜ਼ਾਰੇ ਰਾਏ ਕਰ ਰਹੇ ਹਾਂ ਇਹ ਸਾਨੂੰ ਇਸ ਗੱਲ ਦੀ ਆਜ਼ਾਦੀ ਹੈ ਕਿ ਅਸੀਂ ਆਪਣਾ ਇਜ਼ਹਾਰ ਕਰੀਏ ਜਿਵੇਂ ਮਰਜ਼ੀ ਕਰੀਏ ਇਹ ਜਿਹੜੇ ਮੁਸਲਮਾਨ ਇਤਜਾਜ ਕਰ ਰਹੇ ਨੇ ਇਹਨਾਂ ਨਹੀਂ ਕਰਨਾ ਚਾਹੀਦਾ ਮੈਂ ਕਿਹਾ ਠੀਕ ਹੈ ਅੱਲਾ ਕਰੇ ਸਾਨੂੰ ਅੱਲਾ ਮੌਕਾ ਦੇਵੇ ਤੇ ਸਰੇਆਮ ਅਸੀਂ ਵੀ ਆਜ਼ਾਦੀ ਇਜ਼ਾਰੇ ਰਾਏ ਕਰਨਾ ਆ ਸਾਡੀ ਰਾਏ ਇਹ ਵੇ ਕਿ ਜਿਹੜਾ ਅੱਲਾ ਤੇ ਉਹਦੇ ਰਸੂਲ ਦਾ ਗੁਸਤਾਖ ਹੈ ਸਾਡੀ ਆਜ਼ਾਦੀ ਤੇ ਉਹਦੀ ਰਾਏ ਇਹ ਵੇ ਕਿ ਜਿਹੜਾ ਕੁਰਾਨ ਦਾ ਗੁਸਤਾਖ ਹੈ ਅਸੀਂ ਸਰੇਆਮ ਉਹਦੇ ਟੋਟੇ ਕਰਨੇ।